ਸਹਿਯੋਗ ਸੇਵਾ ਸੁਸਾਇਟੀ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਹੀ ਹੈ। ਸਹਿਯੋਗ ਸੇਵਾ ਸੁਸਾਇਟੀ ਵੱਲੋਂ ਗਰੀਬ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਹੈ, ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ ਅਤੇ ਲੋੜਵੰਦ ਮਰੀਜ਼ਾਂ ਨੂੰ ਹਰ ਤਰੀਕੇ ਦੀ ਮਦਦ ਕੀਤੀ ਜਾਂਦੀ ਹੈ। ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸੁਸਾਇਟੀ ਨਾਲ ਵੱਧ ਤੋਂ ਵੱਧ ਜੁੜੋ ਅਤੇ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ। ਬੀਤੇ ਦਿਨੀ ਸਹਿਯੋਗ ਸੁਸਾਇਟੀ ਵੱਲੋਂ ਫਰੀਦਕੋਟ ਸ਼ਹਿਰ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਜਿਨ੍ਹਾਂ ਉੱਚ ਸ਼ਖਸੀਅਤਾਂ ਨੇ ਫਰੀਦਕੋਟ ਸ਼ਹਿਰ ਦਾ ਨਾਮ ਉੱਚਾ ਕੀਤਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅਤੇ ਇਸ ਮੌਕੇ ਪੰਜਾਬ ਦੇ ਉੱਘੇ ਕਲਾਕਾਰ ਰਣਜੀਤ ਬਾਵਾ ਜੀ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਹਨਾਂ ਨੇ ਇਸ ਮੌਕੇ ਖੂਬ ਰੌਣਕਾਂ ਲਾਈਆਂ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਇਸ ਮੌਕੇ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਇੱਕ ਰਿਪੋਰਟ। ਵੱਖ ਵੱਖ ਖੇਤਰਾਂ ਦੇ ਵਿੱਚ ਪੈੜਾਂ ਪਾਈਆਂ ਨੇ, ਜਿਨ੍ਹਾਂ ਦਾ ਨਾਮ ਜਦ ਵੀ ਲੈਂਦੇ ਆ ਤਾਂ ਬੜੇ ਅਦਬ ਦੇ ਨਾਲ ਲੈਂਦੇ, ਉਹ ਹਸਤੀਆਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੀਆਂ ਨੇ। ਸਹਿਯੋਗ ਸੁਸਾਇਟੀ ਉਹਦੇ ਪ੍ਰਧਾਨ ਮੇਰੇ ਪਿਆਰੇ ਵੀਰ ਗੁਰਪ੍ਰੀਤ ਸਿੰਘ, ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਮਿਲ ਕੇ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਅੱਜ ਦਾ ਸ਼ੋਅ ਤੁਹਾਡੇ ਵਾਸਤੇ ਅਰੇਂਜ ਕੀਤਾ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਪੰਜਾਬੀ ਵੱਸ ਜਾਣ, ਜਦੋਂ ਕੋਈ ਸ਼ੁਭ ਕੰਮ ਕਰੀਏ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਪਿਤਾ, ਜਿਸ ਨੇ ਸਾਨੂੰ ਇਸ ਦੁਨੀਆਂ ਦੇ ਸਾਰੇ ਰੰਗ ਨਜ਼ਾਰੇ ਦੇਖਣ ਦੇ ਕਾਬਲ ਬਣਾਇਆ। ਤੇਰੇ ਚਰਨਾਂ 'ਚ ਰਹੀਏ, ਸਦਾ ਤੇਰਾ ਨਾਂ ਲਈਏ, ਇਹੋ ਚਾਹ ਦਾਤਿਆ ਤੇਰੀ ਕਿਰਪਾ ਨਾਲ ਚੱਲਦੇ ਨੇ ਸਾਧ ਦਾਤਿਆ, ਤੇਰੀ ਕਿਰਪਾ ਨਾਲ ਚੱਲਦੇ ਨੇ ਸਾਧ ਦਾਤਿਆ। ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਆਪਣੇ ਪੰਜਾਬੀ ਲੋਕਾਂ ਦੇ ਸੱਭਿਆਚਾਰ ਅਨੁਸਾਰ, ਬਜ਼ੁਰਗਾਂ ਤੋਂ ਸਿੱਖੇ ਅਨੁਸਾਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਕੋਈ ਅਰਬਾਂ ਦਾ ਮਾਲਕ ਸਾਲੇ ਮੁੱਲ ਨਹੀਂ ਸਕਦਾ, ਬੈਂਕ ਬੈਲੈਂਸ ਕਿਸੇ ਦਾ ਕਿੱਡਾ ਵੀ ਵੱਡਾ ਹੋਵੇ, ਜਿੱਦਣ ਬਾਪੂ ਜੀ ਅਖੀਰੀ ਵਕਤ ਆ ਗਿਆ ਉੱਦਣ ਸੌਦੇ ਨਹੀਂ ਹੋਣੇ ਅਤੇ ਮੈਂ ਕਰੋੜਾਂ 'ਚ ਹੈ, ਮੇਰੇ ਤੋਂ ਚੱਕੋ 50 ਲੱਖ ਅਜੇ 6 ਮਹੀਨੇ ਨਾ ਨਾ ਨਹੀਂ। ਪਰ ਦੁਨੀਆਂ ਦਾ ਸੱਚ ਇਹ ਹੈ, ਜੇ ਕਿਤੇ ਉਹ ਸਾਹਮਣੇ ਆ ਜਾਂਦਾ ਜੱਸੀ ਭਾਅ ਜੀ, ਲੋਕ ਰੱਬ ਨੂੰ ਵੀ ਵੇਚ ਕੇ ਖਾ ਜਾਂਦੇ। ਕੋਈ ਅਰਬਾਂ ਦਾ ਮਾਲਕ ਸਾਲੇ ਮੁੱਲ ਨਹੀਂ ਸਕਦਾ, ਮਾਂ ਰੱਬ ਰਿਸ਼ਤਾ ਕੋਈ ਵੀ ਤੁਲ ਨਹੀਂ ਸਕਦਾ, ਮਾੜੇ ਟਾਈਮ ਦੇ ਦੌਰ ਜਦੋਂ ਨੇ ਚੱਲਦੇ ਬੰਦੇ ਤੇ, ਜੋ ਦਿਲ ਦੇ ਨੇੜੇ ਕੋਈ ਉਹ ਸਾਰ ਦੇ ਪੁੱਤੇ ਵੇਖੇ ਨੇ ਮੇਲਾ ਵਾਲੇ। ਭੈਣਾਂ ਨੂੰ ਕੱਢਣ ਅੱਖਾਂ ਜੇ ਚੁੰਨੀਆਂ ਸਿਰ ਤੋਂ ਖਿਸਕਦੀਆਂ, ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ, ਨਾ ਬੋਲੇ ਤੇ ਆਕੜਾਂ ਦੀ ਪੱਟੀ ਕਹਿੰਦੇ, ਬੋਲੇ ਹੱਸ ਕੇ ਤੇ ਕੁੜੀ ਖਰਾਬ ਲੱਗੇ, ਭੈਣੇ ਆਪਣੀ ਲੱਗੇ ਭੈਣੇ ਆਪਣੀ ਲੱਗੇ ਗੰਗਾ ਜਲ ਵਰਗੀ। ਬਸ ਕੌੜਾ ਸੱਚ ਇਹੀ ਹੈ, ਭਾਵੇਂ ਰੱਬ ਨਾ ਕਰੇ ਕੱਲ ਮੇਰੀ ਵੀ ਮੱਤ ਫਿਰ ਜੇ, ਮੈਂ ਵੀ ਕੋਈ ਗੀਤ ਉਦਾਂ ਦੇ ਕੱਢਾਂ ਕੁੜੀਆਂ ਨੂੰ ਪੁਰਜੇ ਪਟੋਲੇ ਦੱਸਾਂ, ਪਰ ਕਲਾਕਾਰ ਕੋਈ ਵੀ ਗਾਵੇ, ਪਰ ਜੇ ਉਹ ਸੋਚੇ ਨੇ ਜਿਹਨੂੰ ਅੱਗੋਂ ਕੁਆਚਨ ਕਰੇ, ਯਾਰ ਜਦੋਂ ਤੂੰ ਇਹ ਗੀਤ ਗਾਇਆ ਵੀ ਤੂੰ ਸੋਚਿਆ ਸ਼ਾਇਦ ਤੇਰੇ ਘਰੇ ਵੀ ਭੈਣਾਂ ਹੋਵੇ, ਫਿਰ ਤੇਰੇ ਕੋਲ ਜਵਾਬ ਕੋਈ ਨਹੀਂ, ਸੱਚ ਇਹ ਹੈ।
ਚਮੜੀ ਦਾ ਸੂਰਜ ਅਜੇ ਚੜ੍ਹਿਆ ਹੀ ਸੀ ਅੱਜ ਚਿੱਟੀ ਚਮੜੀ ਦਿਲ ਦੇ ਕਾਲੇ ਅੰਗਰੇਜ਼ ਸਰ ਮਾਈਕਲ ਡਵਾਇਰ ਨੇ ਜ਼ਲਿਆਂ ਵਾਲੇ ਬਾਗ ਅੰਦਰ ਗੋਲੀਆਂ ਚਲਾ ਲਾਸ਼ਾਂ ਦੇ ਢੇਰ ਲਗਾ ਦਿੱਤੇ ਐਸੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਊਧਮ ਸਿੰਘ ਨੇ ਇੰਗਲੈਂਡ ਜਾ ਕਾਕਟੈਂਸ ਦੇ ਹਾਲ ਵਿੱਚ ਵੈਰੀ ਨੂੰ ਕਿਉਂ ਮੰਗਾ ਰਿਹਾ ਲੈਕਚਰ ਅਜੇ ਅਡਵਾਇਰ ਨੇ ਸੀ ਕੀਤਾ ਅੱਜ ਮੈਂ ਤੋੜਿਆ ਲੱਕ ਪੰਜਾਬ ਦਾ ਕਰ ਦਿੱਤਾ ਮੈਂ ਸਿੱਖ ਪੰਥ ਦਾ ਚੀਰਿਆ ਛਾਤੀ ਦਾ ਅੱਜ ਊਧਮ ਸਿੰਘ ਦਾ ਖਾ ਗਿਆ ਸਿੱਖੋ ਇੰਦਰਜੀਤ ਸਿੰਘ ਜੀ ਦੁਆਰਾ ਜੋ ਮਹਾਨ ਉੱਚੇ ਅਹੁਦਿਆਂ ਤੇ ਪਹੁੰਚੇ ਹੋਏ ਦੁਨੀਆਂ ਦੇ ਅੰਦਰ ਚੰਗੇ ਕੰਮ ਕਾਰ ਕੀਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸਿੱਖੋ ਸਾਹਿਬ ਜੀ ਆਪ ਵੀ ਸਨਮਾਨ ਦੇ ਯੋਗ ਹਨ ਵਿਦਿਆ ਦੇ ਪ੍ਰਸਾਰ ਵਿੱਚ ਇਸ ਇਲਾਕੇ 'ਚ ਬਹੁਤ ਹੀ ਧਾਰਮਿਕ ਕਾਰਜ ਕੀਤੇ ਹਨ ਵਿਦਿਆ ਦੇ ਅਦਾਰੇ ਨੂੰ ਉੱਚਾ ਚੁੱਕਿਆ ਹੈ ਗੁਰੂ ਪਾਤਸ਼ਾਹ ਇਹਨਾਂ ਨੂੰ ਦੇਹ ਅਰੋਗਤਾ ਬਖਸ਼ੇ ਚੜ੍ਹੀਆਂ ਕਲਾ ਆਪ ਸਮੂਹ ਫਰੀਦਕੋਟ ਨਿਵਾਸੀਆਂ ਨੂੰ ਮਹਾਰਾਜ ਮੇਰਾ ਕਰੇ ਸੁਖੀ ਜੀਵਨ ਬਖਸ਼ੇ ਜਿੱਥੇ ਗਾਇਕ ਪਹਿਲਾਂ ਹੁਣ ਬੋਲ ਕੇ ਗਏ ਹਨ ਪੰਜਾਬੀ ਗਾਇਕ ਬੜੇ ਪਿਆਰ ਦੇ ਨਾਲ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਬਾਰੇ ਬਹੁਤ ਸੋਹਣਾ ਉਹਨਾਂ ਨੇ ਵਿਚਾਰ ਦੱਸੇ ਹਨ ਉੱਥੇ ਸਾਨੂੰ ਹੁਣੇ ਹੀ ਮਨਾਇਆ ਗਿਆ ਹੈ 12 ਦਸੰਬਰ ਨੂੰ ਗੁਰਪੁਰਬ ਤਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਵੱਡੋ ਕਰੂ ਮੈਂ ਸਾਕ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੀ ਕਿਰਿਆ ਦੁਨੀਆਂ ਦੇ ਅੰਦਰ ਕਿਸੇ ਨੇ ਕੀਤੀ ਸ਼ਹੀਦੀ ਦੇ ਕੇ ਹਿੰਦੂ ਧਰਮ ਦੇ ਤਿਲਕ ਜੰਜੂ ਵੀ ਰਾਖੀ ਕੀਤੀ ਐਸੇ ਸਤਿਗੁਰਾਂ ਦੇ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਪ੍ਰਸੰਗ ਵੀ ਦੁਨੀਆਂ ਦੇ ਸਾਹਮਣੇ ਸੁਣਾਏ ਜਾਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ
ਜੀਆਂ ਨੂੰ ਸਭ ਤੋਂ ਪਹਿਲਾਂ ਜਿੰਨੇ ਵੀ ਪਹੁੰਚੇ ਆ ਸਾਹਮਣੇ ਬੈਠੇ ਜਿਹੜੇ ਮਾਣਯੋਗ ਸ਼ਖਸੀਅਤਾਂ ਜਿੰਨੀਆਂ ਵੀ ਇੱਥੇ ਪਹੁੰਚੀਆਂ ਸਾਰਿਆਂ ਨੂੰ ਅਸੀਂ ਆਪਦੇ ਇਸ ਮਿਊਜ਼ੀਕਲ ਪਰਿਵਾਰ ਵੱਲੋਂ ਜੀਆਂ ਨੂੰ ਕਹਿੰਦੇ ਹਾਂ। ਜਿੰਨਾ ਪੱਤਰਕਾਰ ਭਾਈਚਾਰਾ ਹਮੇਸ਼ਾ ਦੀ ਤਰ੍ਹਾਂ ਇੱਥੇ ਸਾਨੂੰ ਮਿਲਦਾ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਔਰ ਬਹੁਤ ਬਹੁਤ ਧੰਨਵਾਦ ਸਹਿਯੋਗ ਸੁਸਾਇਟੀ ਜਿਹੜੇ ਕਿ ਬਹੁਤ ਚੰਗਾ ਨੇਕ ਖੂਬਸੂਰਤ ਕੰਮ ਕਰ ਰਿਹਾ। ਅਸੀਂ ਦਿਲੋਂ ਇਸ ਸਟੇਜ ਤੋਂ ਅਰਦਾਸ ਕਰਦੇ ਹਾਂ ਕਿ ਮਾਰੇ ਇਹਨਾਂ ਦੀ ਹੋਰ ਜ਼ਿਆਦਾ ਵਾਹ ਫੜਨ, ਹੋਰ ਜ਼ਿਆਦਾ ਇਹ ਉਹਨਾਂ ਲੋਕਾਂ ਦੀ ਹੈਲਪ ਕਰਨ, ਉਹਨਾਂ ਲੋਕਾਂ ਦੀ ਸਹਾਇਤਾ ਕਰਨ ਜਿਹੜੇ ਲੋਕ ਜ਼ਰੂਰਤਮੰਦ ਆ। ਸਾਡੇ ਜੱਸੀ ਬਾਈ ਜੀ, ਸਾਡੇ ਲੱਕੀ ਬਾਈ ਜੀ ਔਰ ਜਿੰਨੇ ਵੀ ਬਹੁਤ ਸਤਿਕਾਰਤ ਹਸਤੀਆਂ ਪਹੁੰਚੀਆਂ ਸਾਰਿਆਂ ਨੂੰ ਜੀਆਂ ਨੂੰ ਕਹਿੰਦੇ ਹਾਂ। ਫਰੀਦਕੋਟ ਸ਼ਹਿਰ ਗੁਰੂਆਂ ਪੀਰਾਂ ਦੀ ਧਰਤੀ ਜੀ ਐਨ ਕਹਿੰਦੇ ਹਾਂ। ਮਾਣਯੋਗ SSP ਸਾਹਿਬ ਜੀ 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 ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਬੱਚਿਆਂ ਦਾ ਵੀ ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹਾਦਤ ਜਿਹੜੀ ਉਹਨਾਂ ਦਿੱਤੀ ਇਹ ਦਸੰਬਰ ਮਹੀਨਾ ਜਿਹੜਾ ਬਹੁਤ ਸਿੱਖ ਕੌਮ ਲਈ ਡਾਢਾ ਮਹੀਨਾ ਮੰਨਿਆ ਜਾਂਦਾ। ਜੀ ਆਇਆਂ ਨੂੰ ਕਹਿੰਦੇ SSP ਸਾਹਿਬ ਸਾਡੇ ਵੱਲੋਂ ਬਹੁਤ
ਹੋਇਆ ਕੀ ਹਨੇਰ ਕੰਮ ਇਹ ਪੁੱਤ ਨੇ ਹੋਸ਼ੇ ਹੋ ਗਏ ਪੁੱਤ ਨੇ ਹੋਸ਼ੇ ਹੋ ਗਏ ਰਲ ਗਏ ਫੁਕਰਿਆਂ ਦੀ ਹੇੜ ਮਿੱਤਰਾ ਲੈ ਕੇ ਹੱਥ ਪਸਤੌਲੜੀ ਮਿੱਤਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਲੁਕਿਆ ਸ਼ੇਰ ਕਿੱਥੇ ਲੁਕਿਆ ਸ਼ੇਰ ਸਰਵਣ ਪੁੱਤ ਨੇ ਕੱਲ ਨੂੰ ਲੱਭਣੇ ਮਿਰਜੇ ਵੈਲੀ ਫਿਰਨਗੇ ਨਾ ਖੜਕਣ ਬਲਦਾਂ ਦੇ ਗੱਲ ਟੱਲੀਆਂ ਜੀਪਾਂ ਬੁਲਟਾਂ ਦਾ ਸ਼ੋਰ ਸ਼ਾਦੀ ਵਿਆਹ ਵਿੱਚ ਸੁਣਨ ਸੁਹਾਗਣਾ ਬਸ ਸੁਣਦੀ ਬਾਰਾਂ ਬੋਰ ਪੰਜਾਬ ਦੇ ਅਮਨ ਅਮਾਨ ਦੇ ਘਟਾ ਸ਼ਾਹੀ ਘਨਘੋਰ ਦੇ ਕੇ ਹੱਥ ਤੂੰ ਰੱਖ ਲੈ ਦਾਦਿਆ ਦੇ ਕੇ ਹੱਥ ਤੂੰ ਰੱਖ ਲੈ ਦਾਦਿਆ ਇਹਦੀ ਤੇਰੇ ਹੱਥ ਵਿੱਚ ਡੋਰ ਚੁੱਕਣ ਬੁੱਢੇ ਬੁੱਢੇ ਚੁੱਕਣ ਬੁੱਢੇ ਮੋਢੇ ਬਾਪ ਦੇ ਨੇ ਸਾਰੇ ਘਰ ਦਾ ਭਾਰ ਕਾਮੇ ਪੁੱਤ ਨੇ ਵੇਲੇ ਘੁੰਮਦੇ ਖੌਰੇ ਕਾਹਦਾ ਇਹ ਹੰਕਾਰ ਕਹਿਣੇ ਰੱਖ ਕੇ ਜੱਦੀ ਖੇਤ ਨੂੰ ਕਹਿੰਦੇ ਲੈਣੀ ਮਹਿੰਗੀ ਕਾਰ ਲੈਣੀ ਮਹਿੰਗੀ ਕਾਰ ਪੱਬਾਂ ਵਿੱਚ ਚਾਹ ਨਾਲ ਨੱਚਦੇ ਅੱਜ ਖੇਤਾਂ ਦੇ ਸਰਦਾਰ ਬੇਲੀ ਹੋ ਖੇਤਾਂ ਦੇ ਸਰਦਾਰ ਬਾਬਾ ਜੀ ਫਿਰ ਵੱਜਦਾ 10,000 ਬੰਦੇ ਜੋ ਵੀ ਦੇਖ ਕਿ ਗੁੱਸੇ ਖੋਰੇ ਬੰਦੇ ਕੋਲੇ ਅਸਲਾ ਨੀ ਚਾਹੀਦਾ ਲੱਸੀ ਦੇ ਲੜਾਈ ਨੂੰ ਨਜਾਇਜ਼ ਨੀ ਵਧਾਈ ਮੁੰਡਿਆਂ ਦੇ ਗਾਲ ਜੀ ਅੱਗੇ ਠੇਕਾ ਨੀ ਚਾਹੀਦਾ ਗਾਲ ਜੀ ਅੱਗੇ ਠੇਕਾ ਨੀ ਚਾਹੀਦਾ ਤੇ ਕੁੜੀਆਂ ਦੇ ਕਾਲਜ ਮੂਹਰੇ ਗੇੜਾ ਨੀ ਲਾਈਦਾ ਚੌਂਕ ਚ ਚੁਬਾਰੇ ਨੂੰ ਬਾਰੀ ਨੀ ਚਾਹੀਦੀ ਚੁਬਾਰੇ ਨੂੰ ਬਾਰੀ ਨੀ ਚਾਹੀਦੀ ਧੋਖੇਬਾਜ ਬੰਦੇ ਨਾਲ ਯਾਰੀ ਨੀ ਚਾਹੀਦੀ ਮੁਲਕ ਤਾਂ ਕਿੰਨੇ ਵੰਡਣਾ ਸੀ ਪੰਜਾਬ ਹੀ ਵੰਡ ਹੋਇਆ ਪੰਜਾਬ ਹੀ ਵੰਡ ਹੋਇਆ ਇੱਕ ਜ਼ੋਰਦਾਰ ਦਾੜੀ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੁੱਲਿਆ ਉਹਦੇ ਲਈ ਔਰੇ ਕਿੰਨੇ ਆ ਅਰਦਾਸਾਂ ਜਿਹੜੀਆਂ ਰੋਜ਼ ਹੁੰਦੀਆਂ ਗੁਰੂ ਘਰਾਂ 'ਚ ਗੁਰਧਾਮਾਂ ਦੇ ਦਰਸ਼ਨ ਦੀਦਾਰ ਇੱਕ ਹੋ ਜਾਏ ਤਾਂ ਹੋਰ ਵਧੀਆ ਸਾਡੇ ਬਹੁਤ ਸਾਰੇ ਪਰਿਵਾਰ ਤੁਹਾਡੇ ਇਸ ਜ਼ਿਲ੍ਹੇ 'ਚ ਵੀ ਆ ਜਿਹੜੇ ਉੱਧਰੋਂ ਆਏ ਸਾਡੇ ਬਜ਼ੁਰਗ ਵੀ ਉੱਧਰੋਂ ਆਏ ਸੀ ਸਿਆਲਕੋਟ ਤੋਂ ਔਰ ਲਾਂਘਾ ਵੀ ਕਰਤਾਰਪੁਰ ਸਾਹਿਬ ਵਾਲਾ ਸਿਆਲਕੋਟ ਵਾਲਾ ਹੀ ਉਹਦੇ ਲਈ ਇੱਕ ਦੁਆ ਸਰਤਾਜ ਬਾਈ ਦੇ ਬੋਲ ਸੀ ਜਿਹੜੇ ਮੈਂ ਹਮੇਸ਼ਾ ਗੁਰਦਾਉਂਦਾ ਕਿ ਮੁਲਕ ਦਾ ਕਿੰਨੇ ਵੰਡਣਾ ਸੀ ਪੰਜਾਬ ਹੀ ਵੰਡ ਹੋਇਆ ਸੀ ਪੰਜਾਬ ਹੀ ਵੰਡ ਹੋਇਆ ਅੱਜ ਹੀ ਪੱਤੀ ਪੱਤੀ ਕਰਤਾ ਲਾਲ ਗੁਲਾਬ ਹੀ ਵੰਡ ਹੋਇਆ ਗੁੱਜਰਾਂ ਵਾਲਾ ਕੁੱਲੂ ਅਤੇ ਹਿਸਾਰ ਪੰਜਾਬੀ ਸੀ ਅਤੇ ਹਿਸਾਰ ਪੰਜਾਬੀ ਸੀ ਓਏ ਮਹਾਰਾਜਾ ਰਣਜੀਤ ਸਿੰਘ ਸਰਦਾਰ ਪੰਜਾਬੀ ਸੀ ਪਛਾਣੇ ਸ਼ਕਲ ਤੇ ਰਹਿ ਗਈ ਚੱਪਲ ਗਵਾਹੀ ਅਸਲ ਦੇ ਗਿਆ ਵੱਡੀ ਹੋ ਕੇ ਕਰਾਉਣੀ
ਬਾਈ ਜੀ ਦੋ ਵਾਰੀ ਹੁੱਜ ਮਾਰ ਕੇ ਮੇਰੇ ਤੀਜੀ ਵਾਰੀ ਆਉਣ ਲੱਗੇ ਸੀ ਮੈਂ ਘਰੋਂ ਦੋ ਮਿੰਟ ਕੀਤੀ ਸੀ ਅਹਿਸਾਸ ਹੈ ਕਿ ਇਸ ਜ਼ਿਲ੍ਹੇ ਦੇ ਬਹੁਤ ਹੀ ਕਾਬਲ ਆਫਿਸਰ ਜਿਸ ਤਰਫ ਵੀ ਚੱਲ ਪੜੇ ਨਿਰੰਤਰ ਪ੍ਰਵਾਹ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਜੀ ਬੜੇ ਆਰਾਮ ਨਾਲ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਮੇਰਾ ਪਹਿਲਾ ਮੇਲਾ ਜੀ ਸੀਰਤ ਚਲੋ ਬਹੁਤ ਸੋਹਣੀ ਬਣਾਈ ਹੈ ਸਾਡਾ ਕਿਹੜਾ ਬਾਪੂ ਕਰਦਾ ਬਲੈਕ ਨਹੀਂ ਹੋਇਆ ਜਿਹੜਾ ਤੇਰੇ ਸ਼ਹਿਰ ਲੇਲਵਾ ਫਲੈਟ ਨਹੀਂ ਹੋਇਆ ਜਿਹੜਾ ਤੇਰੇ ਸ਼ਹਿਰ ਲੇਲਵਾ ਮੈਨੂੰ ਮੁੜਦੇ ਨੂੰ ਪਿੰਡ ਮੁੜ ਜਾਣਦੇ ਨੀ ਕੰਮੇ ਉੱਥੇ ਪਏ ਨੇ ਬੜੇ ਯਾਰੀ ਚੰਡੀਗੜ੍ਹ ਵਾਲੀ ਨੀ ਤੇਰੀ ਕਰਾ ਗਈ ਹੱਥ ਯਾਰ ਦੇਖਣੇ ਕਰਦਾ ਬਲੈਕ ਨੀ ਜਿਹੜਾ ਤੇਰੇ ਸ਼ਹਿਰ ਜੱਸੀ ਬਾਈ ਨੂੰ ਕਿਹਾ ਮੈਂ ਥੋੜੀਆਂ ਕੈਲਰੀਆਂ ਘਟਾਓ ਜੇ ਅੱਗੇ ਜਗ੍ਹਾ ਨਹੀਂ ਮੁੱਕ ਗਈ ਤੇ ਆਪ ਹੀ ਵੇਖ ਲਈਏ ਮੈਂ ਇੱਕ ਨੂੰ ਕਿਹਾ ਮੈਂ ਕਿਹਾ ਬਾਈ ਢਿੱਡ ਬੜਾ ਵਧਾਇਆ ਉਹ ਕਹਿੰਦਾ ਗਾਹ ਕਿਹੜੀ ਜਗ੍ਹਾ ਮੁੱਕ ਗਈ ਬਾਈ ਨੂੰ ਕਰਦੇ ਹਾਂ ਫਿੱਟ ਹੁਣ ਬਹੁਤ ਟਾਈਮ ਲੱਗਦਾ ਬਾਈ ਤੇਰੇ ਸ਼ਹਿਰ ਵਾਂਗੂ ਤੂੰ ਵੀ ਰਾਸ ਨਹੀਂ ਹੋਈ ਭਾਵੇਂ ਤੁਹਾਂ ਦੇ ਰੰਗੀਨੀਆਂ ਨੇ ਭਾਲੀਆਂ ਕੁਝ ਰਾਸ ਆਏ ਨਾ ਮਹਾਲੀ ਦੇ ਪਰੌਂਠੇ ਮਾਗੀ ਫੁਕਰੇ ਜ਼ੋਰਦਾਰ ਤਾੜੀਆਂ ਬਾਈ ਰਣਜੀਤ ਬਾਵਾ ਜੀ ਅੱਛਾ ਇਹ ਐਂ ਲੱਗਿਆ ਵੀ ਕਹਿ ਕੇ ਤਾਰੀਫ ਲੈ ਲਈ ਬਾਈ ਮੈਂ ਤਾਂ ਸ਼ੇਰ ਕਿਹਾ ਸੀ ਬਾਈ ਨੇ ਮੇਰੇ ਤੇ ਜ਼ਰਾ ਤੋਂ ਬਾਈ ਧੰਨਵਾਦ ਮੈਂ ਗੁਰਪ੍ਰੀਤ ਸਿੰਘ ਪ੍ਰਧਾਨ ਸਹਿਯੋਗ ਸੁਸਾਇਟੀ ਫਰੀਦਕੋਟ ਅੱਜ ਸਹਿਯੋਗ ਸੁਸਾਇਟੀ ਵੱਲੋਂ ਫਰੀਦਕੋਟ ਸ਼ਹਿਰ ਦੇ ਵਿੱਚ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਜਿਨ੍ਹਾਂ ਸ਼ਖਸੀਅਤਾਂ ਨੇ ਸਾਡੇ ਫਰੀਦਕੋਟ ਸ਼ਹਿਰ ਦਾ ਨਾਮ ਉੱਚਾ ਕੀਤਾ ਹੈ ਸਾਡੇ ਫਰੀਦਕੋਟ ਸ਼ਹਿਰ ਦਾ ਨਾਮ ਦੇਸ਼ਾਂ ਵਿਦੇਸ਼ਾਂ 'ਚ ਰੌਸ਼ਨ ਕੀਤਾ ਹੈ ਉਹਨਾਂ ਸ਼ਖਸੀਅਤਾਂ ਨੂੰ ਅਸੀਂ ਸਨਮਾਨ ਦਿੱਤਾ ਹੈ ਜਿਨ੍ਹਾਂ ਵਿੱਚ ਸਾਡੇ ਪ੍ਰੋਗਰਾਮ ਵਿੱਚ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਬਾਬਾ ਕਾਨ ਸਿੰਘ ਜੀ ਸਰਦਾਰ ਰਾਜਬਚਨ ਸਿੰਘ ਸੰਧੂ ਜੀ SSP ਸਾਹਿਬ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਨੇ ਹਾਜ਼ਰੀ ਲਾ ਕੇ ਸਾਡਾ ਮਾਣ ਵਧਾਇਆ ਸੋ ਸਾਡੀ ਸੁਸਾਇਟੀ ਦਾ ਮਕਸਦ
गरीब बच्चों पढ़ाई देना साड़ी सहयोग सोसाइटी का मतलब गरीब परिवारों जिन्हों को घर नहीं है उन्होंने असी रल के घर पवा के दें असी तकरीबन 27 तो 28 बच्चे अडोप्ट किए हुए हैं जिन्होंने असी शुरू तो ला के हूँ तक पढ़ा रहे हैं। सो असी उन्होंने भी अगे यही प्रेरणा दें कि तुम पढ़ लिख के जो कुछ बनोगे तो तुम भी दो बच्चे अडोप्ट करके उन्होंने भी कुछ आपके वर्गा बनवाओ। सो असी अज कुल 7 शख्सियतों सम्मानित किया गया है जिस विच बाबा फरीद स्कूल की बच्ची जिसने पूरे इंडिया के चौथा स्थान प्राप्त करके साढ़े फरीदकोट इलाके का माण वधाया है। हरप्रीत सिंह पहलवान जो लगातार वर्ल्ड चैंपियनशिप चो तीसरी बार मैडल लेके आए हैं। सरदार बूटा गप्पी जी जो शमशान घाट की सेवा 24 घंटे दिन रात बिना किसी लालच तो उत्थे करते हैं। कैप्टन धर्म सिंह जी गिल जो कि माता खीवी जी गुरुद्वारे की सेवा बहुत ही ईमानदारी बहुत टाइम तो एक ईमानदार शख्सियत बन के कर रहे हैं और होर भी कई उगिया शख्सियत जिन्होंने साडे इलाके का मान उच्चा किया शख्सियत अज असी आपकी सहयोग सोसाइटी वालों सन्मानित करके बहुत ही माण महसूस किया। सो असी यह सारों होका देना चाहते हैं कि सहयोग सोसाइटी नाल रल के अगर आपां कट्ठे हो के कुछ किसी समाज लिए कुछ कर सकते हाँ तो प्लीज़ साड़ी ये सारियां नूं तुहानूं बेनती है कि बूंद बूंद ना सागर भरदा है। जे अज असी 40-50 मैंबर कट्ठे हो के एक एड्डा वड्डा उपराला कर सकते हैं तो जे तुहाडा सारियां साथ मिल जाए तो आपां बहुत कुछ कर सकते हैं। सो असी तुहानूं सिर्फ यही रिक्वेस्ट करते हैं कि महीने की कमाई चो दसवंध 100 रुपया 200 रुपया 500 रुपया जिन्ना भी तुहाडे तों निकलदा वो प्लीज़ कढ़िया करो ता जो किसी गरीब का भला हो सके। सो इन गल्लां कहिंदा होया मैं खिमा दा आजाज कहां वाहेगुरू जी का खालसा वाहेगुरू जी की फतेह।